पंजाब के जलंधर च मॉडल टाउन के ना लगते मिठापुर रोड उत्ते बर्गर वेचण वाले एक प्रवासी नूं कुजण पछाते नौजवानों ने बुरी तरह कुटिया ਅਤੇ ਉਸ ਨੂੰ ਜ਼ਬਰਦਸਤੀ ਆਪਣੀ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਭਾਰੀ ਹੰਗਾਮਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀ ਜਾਂਚ ਲਈ ਮੌਕੇ ਤੇ ਪਹੁੰਚੇ। ਜਾਣਕਾਰੀ ਮੁਤਾਬਕ ਮੂਲ ਰੂਪ ਤੋਂ ਨੇਪਾਲ ਦੇ ਰਹਿਣ ਵਾਲੇ ਪ੍ਰਕਾਸ਼ ਨਾਂ ਦੇ ਵਿਅਕਤੀ ਨੂੰ ਕਰੀਬ 6 ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਇਸ ਤੋਂ ਬਾਅਦ ਮੁਲਜ਼ਮ ਪ੍ਰਕਾਸ਼ ਨੂੰ ਆਪਣੀ ਬਲੈਰੋ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ। ਘਟਨਾ ਨੂੰ ਦੇਖਦੇ ਹੀ ਇਲਾਕਾ ਨਿਵਾਸੀ ਇਕੱਠੇ ਹੋ ਗਏ। ਮਾਂ ਨੇ ਦੋਸ਼ ਲਾਇਆ ਕਿ ਸ਼ਰਾਬ ਦਾ ਠੇਕੇਦਾਰ ਉਸ ਦੇ ਪੁੱਤਰ ਨੂੰ ਫਸਾ ਰਿਹਾ ਹੈ। ਪ੍ਰਕਾਸ਼ ਦੀ ਮਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਜ਼ਾਰ ਗਈ ਸੀ। ਜਦੋਂ ਉਹ ਵਾਪਸ ਆ ਰਹੀ ਸੀ ਤਾਂ ਪ੍ਰਕਾਸ਼ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਇਸ ਦੌਰਾਨ ਉਹ ਉਹਨਾਂ ਨੂੰ ਬਚਾਉਣ ਲਈ ਜਦੋਂ ਪਹੁੰਚੀ ਜਿੱਥੇ ਮੁਲਜ਼ਮਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਘਟਨਾ ਦਾ ਪਤਾ ਲੱਗਦੇ ਹੀ ਇਲਾਕਾ ਨਿਵਾਸੀਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਤੁਰੰਤ ਬਾਅਦ PCR ਟੀਮ ਅਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਫਿਲਹਾਲ ਦੇਰ ਰਾਤ ਤੱਕ ਦਾ ਮਾਮਲਾ ਸੁਲਝ ਨਹੀਂ ਸਕਿਆ। ਪੁਲਿਸ ਨੇ ਪ੍ਰਕਾਸ਼ ਦੀ ਫੋਟੋ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਵੱਖ-ਵੱਖ ਥਾਵਾਂ ਅਤੇ ਇਲਾਕਿਆਂ ਵਿੱਚ ਵੰਡ ਦਿੱਤਾ ਤਾਂ ਜੋ ਪਤਾ ਲੱਗ ਸਕੇ ਕਿ ਦੋਸ਼ੀ ਪੀੜਤਾਂ ਨੂੰ ਕਿੱਥੇ ਲੈ ਕੇ ਗਿਆ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਦੋਸ਼ੀ ਪ੍ਰਕਾਸ਼ ਨੂੰ ਕੁੱਕੀ ਢਾਬੇ ਤੋਂ ਆਪਣੇ ਨਾਲ ਲੈ ਕੇ ਮਿੱਠਾਪੁਰ ਰੋਡ ਵੱਲ ਫਰਾਰ ਹੋ ਗਏ ਸਨ। ਉਹਨੂੰ ਕਹਿੰਦੇ ਚੱਕ ਕੇ ਲੈ ਗਈ ਬੋਲ, ਸਾਨੂੰ ਇਹ ਦੱਸਿਆ ਪੁਲਿਸ ਲੈ ਕੇ ਗਈ ਚੱਕ ਕੇ, ਇਹ ਨਹੀਂ ਪਤਾ, ਇਹ ਕਹਿੰਦੇ ਆ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਪੁਲਿਸ ਲੈ ਕੇ ਗਈ ਆ ਜਾਂ ਕੋਈ ਹੋਰ ਲੈ ਕੇ ਗਿਆ। ਇਹ ਸਾਨੂੰ ਫਰਕ ਪਤਾ ਲੱਗੂਗਾ, ਇਹ ਕਨਫਰਮ ਕਰਾਂਗੇ ਗੱਲਬਾਤ, ਇਹ ਪਤਾ ਲੱਗੂਗਾ। ਪੰਜਾਬ ਦੇ ਜਲੰਧਰ 'ਚ ਮਾਡਲ ਟਾਊਨ ਦੇ ਨਾਲ ਲੱਗਦੇ ਮਿੱਠਾਪੁਰ ਰੋਡ ਉੱਤੇ ਬਰਗਰ ਵੇਚਣ ਵਾਲੇ ਇੱਕ ਪ੍ਰਵਾਸੀ ਨੂੰ ਕੁਜਣ ਪਛਾਤੇ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਜ਼ਬਰਦਸਤੀ ਆਪਣੀ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਿਆ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਭਾਰੀ ਹੰਗਾਮਾ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀ ਜਾਂਚ ਲਈ ਮੌਕੇ 'ਤੇ ਪਹੁੰਚੇ। ਜਾਣਕਾਰੀ ਮੁਤਾਬਕ ਮੂਲ ਰੂਪ ਤੋਂ ਨੇਪਾਲ ਦੇ ਰਹਿਣ ਵਾਲੇ ਪ੍ਰਕਾਸ਼ ਨਾਂ ਦੇ ਵਿਅਕਤੀ ਨੂੰ ਕਰੀਬ 6 ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਇਸ ਤੋਂ ਬਾਅਦ ਮੁਲਜ਼ਮ ਪ੍ਰਕਾਸ਼ ਨੂੰ ਆਪਣੀ ਬਲੈਰੋ ਕਾਰ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ। ਘਟਨਾ ਨੂੰ ਦੇਖਦੇ ਹੀ ਇਲਾਕਾ ਨਿਵਾਸੀ ਇਕੱਠੇ ਹੋ ਗਏ। ਮਾਂ ਨੇ ਦੋਸ਼ ਲਾਇਆ ਕਿ ਸ਼ਰਾਬ ਦਾ ਠੇਕੇਦਾਰ ਉਸ ਦੇ ਪੁੱਤਰ ਨੂੰ ਫਸਾ ਰਿਹਾ ਹੈ। ਪ੍ਰਕਾਸ਼ ਦੀ ਮਾਂ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਜ਼ਾਰ ਗਈ ਸੀ। ਜਦੋਂ ਉਹ ਵਾਪਸ ਆ ਰਹੀ ਸੀ ਤਾਂ ਪ੍ਰਕਾਸ਼ ਦੀ ਕੁੱਟਮਾਰ ਕੀਤੀ ਜਾ ਰਹੀ ਸੀ। ਇਸ ਦੌਰਾਨ ਉਹ ਉਹਨਾਂ ਨੂੰ ਬਚਾਉਣ ਲਈ ਜਦੋਂ ਪਹੁੰਚੀ ਜਿੱਥੇ ਮੁਲਜ਼ਮਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਘਟਨਾ ਦਾ ਪਤਾ ਲੱਗਦੇ ਹੀ ਇਲਾਕਾ ਨਿਵਾਸੀਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਤੁਰੰਤ ਬਾਅਦ PCR ਟੀਮ ਅਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਫਿਲਹਾਲ ਦੇਰ ਰਾਤ ਤੱਕ ਦਾ ਮਾਮਲਾ ਸੁਲਝ ਨਹੀਂ ਸਕਿਆ। ਪੁਲਿਸ ਨੇ ਪ੍ਰਕਾਸ਼ ਦੀ ਫੋਟੋ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਵੱਖ-ਵੱਖ ਥਾਵਾਂ ਅਤੇ ਇਲਾਕਿਆਂ ਵਿੱਚ ਵੰਡ ਦਿੱਤਾ ਤਾਂ ਜੋ ਪਤਾ ਲੱਗ ਸਕੇ ਕਿ ਦੋਸ਼ੀ ਪੀੜਤਾਂ ਨੂੰ ਕਿੱਥੇ ਲੈ ਕੇ ਗਿਆ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਦੋਸ਼ੀ ਪ੍ਰਕਾਸ਼ ਨੂੰ ਕੁੱਕੀ ਢਾਬੇ ਤੋਂ ਆਪਣੇ ਨਾਲ ਲੈ ਕੇ ਮਿੱਠਾਪੁਰ ਰੋਡ ਵੱਲ ਫਰਾਰ ਹੋ ਗਏ ਸਨ। ਉਹਨੂੰ ਕਹਿੰਦੇ ਚੱਕ ਕੇ ਲੈ ਗਈ ਬੋਲ, ਸਾਨੂੰ ਇਹ ਦੱਸਿਆ ਪੁਲਿਸ ਲੈ ਕੇ ਗਈ ਚੱਕ ਕੇ, ਇਹ ਨਹੀਂ ਪਤਾ, ਇਹ ਕਹਿੰਦੇ ਆ ਸਾਨੂੰ ਨਹੀਂ ਪਤਾ ਇਸ ਗੱਲ ਦਾ ਵੀ ਪੁਲਿਸ ਲੈ ਗਈ ਆ ਜਾਂ ਕੋਈ ਹੋਰ ਲੈ ਕੇ ਗਿਆ। ਇਹ ਸਾਨੂੰ ਫਰਕ ਪਤਾ ਲੱਗੂਗਾ, ਇਹ ਕਨਫਰਮ ਕਰਾਂਗੇ ਗੱਲਬਾਤ, ਇਹ ਪਤਾ ਲੱਗੂਗਾ।